200 ਇੱਟ ਮੈਂ ਰੱਖੀ ਕੋਠੇ ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ ਕੋਈ ਆਊਗਾ ਬਿਨਾ ਗੱਲ ਤੋਂ ਸਾਰਾ ਸਿਰ ਪਾੜ ਦਊ ਮੈਂ ਆ ਮੇਰੇ ਕੋਲ ਹੁਣ ਕੋਈ ਆਵੇ ਕਹੀ ਨਾ ਮੈਂ ਮਾਰ ਮਾਰ ਪੁੱਠੇ ਕਰਦਾ ਹੁਣ ਠੀਕ ਆ ਤੁਸੀਂ ਕਹਿੰਦੇ ਇੱਟਾਂ ਮਾਰਾਂਗੇ ਇਹ ਮਾਰਾਂਗੇ ਇਹ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਤੇ ਖਾਲਸੇ ਜੰਮੇ ਇੱਟਾਂ ਉੱਟਾਂ ਖੜਕਾਉਣ ਨੂੰ ਨੇ ਜੇ ਮੇਰੀ ਸਿੱਖੀ ਭੇਖੀ ਆ ਮੇਰੀ ਸਿੱਖੀ ਰੜਕਦੀ ਆ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਸਿੱਖੀ ਦੇ ਨਾਲ ਸਿੱਖ ਕਮਿਊਨਿਟੀ ਦਾ ਜਾਂ ਸਿੱਖੀ ਦਾ ਕੋਈ ਨੁਕਸਾਨ ਹੋਵੇ ਇਹ ਜੋ ਕਕਾਰ ਆ ਮੇਰੇ ਮੈਂ ਅੱਜ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਨਾਂ ਨੂੰ ਤਿਆਗ ਦੇਣਾ ਇਹਨਾਂ ਨੂੰ ਅਰਪਣ ਕਰ ਦੇਣਾ ਹੈ ਕਿ ਤੁਹਾਡੀ ਇਸ ਅੰਮ੍ਰਿਤ ਭੰਗ ਕਰਦੇ ਨਾਲ ਹੁਣ ਹੁਣ ਲੋਕ ਬੋਲਣਾ ਵੀ ਹੁਣ ਹਟਣਗੇ ਚੋਰੀ ਨਕਲਾਂ ਲਾ ਰਹੇ ਆ ਗੁਰੂਆਂ ਪੀਰਾਂ ਦੀਆਂ ਤੇ ਜੇ ਇਹ ਨਾ ਡੱਕਣਾ ਤਾਂ ਅੱਜ ਖੱਲਰ ਪੈ ਰਹੇ ਸਾਡੇ ਪੰਜਾਬ ਦੇ ਵਿੱਚ ਤੁਸੀਂ ਉੜਦਾ ਤੀਰ ਆਪ ਕੈਦ ਕੀਤਾ ਮੱਖਣ ਵੀਰ ਤੂੰ ਕਹਿੰਦਾ ਹੁੰਦਾ ਨਾ ਸੇਮ ਸਹਿਜ ਨਹੀਂ ਨਖਰੋ ਤੇਰੇ ਮੇਰਾ ਡੌਲੇ ਦਾ ਤੇਰੇ ਲੱਕ ਦਾ ਤੇ ਮੈਂ ਕਹਿੰਦਾ ਵੀਰ ਤੇਰਾ ਦਿਲ ਇੰਨਾ ਵਿੱਚੋਂ ਨਿਕਲਿਆ ਕਿ ਅੱਜ ਉਸ ਕਲਾਕਾਰ ਨੇ ਲਾਈਵ ਹੋ ਕੇ ਆਪਣੇ 5 ਕਕਾਰ ਲਾ ਕੇ ਗੁਰੂ ਘਰ ਰੱਖਤੇ ਆ ਅੱਜ ਤੋਂ ਉਹ ਗੁਰੂ ਤੋਂ ਬੇਮੁੱਖ ਹੋ ਗਿਆ ਲਾ ਲਓ ਵੀਰਿਓ ਔਰ ਉਹਨੇ ਆਪਣੇ ਜੋ ਉਹਦੇ ਅੰਦਰ ਦੁੱਖ ਸੀ ਉਹਨੇ ਪੇਸ਼ ਕੀਤੇ ਆ ਕਿ ਕੁਝ ਜਥੇਬੰਦੀਆਂ 'ਤੇ ਇਲਜ਼ਾਮ ਲਾਏ ਆ ਕੁਝ ਸੋਸ਼ਲ ਮੀਡੀਆ 'ਤੇ ਇਲਜ਼ਾਮ ਲਾਏ ਆ ਕੁਝ ਪੰਜਾਬੀ ਭਰਾਵਾਂ 'ਤੇ ਇਲਜ਼ਾਮ ਲਾਏ ਆ ਕਿ ਮੈਂ ਦੁਖੀ ਹੋ ਕੇ ਉਹਨਾਂ ਤੋਂ ਇਹ ਕੰਮ ਕੀਤਾ ਇਹ ਕੋਈ ਬਹੁਤ ਤਕੜੀ ਮੱਖਣ ਜੀ ਗੱਲ ਨਹੀਂ ਸੀ ਗਲਤੀ ਤੁਹਾਡੀ ਆਪਣੀ ਆ ਜਦੋਂ ਗੁਰਦਾਸ ਮਾਨ ਨੇ ਕੈਨੇਡਾ ਦੀ ਧਰਤੀ ਉੱਤੇ ਚੱਲਦੀ ਸਟੇਜ ਦੇ ਉੱਤੇ ਇਹੋ ਜਿਹਾ ਇੱਕ ਅੱਖਰ ਸਰੋਤੇ ਨੂੰ ਬੋਲਿਆ ਕਿ ਕੰਨਾਂ 'ਚ ਉਂਗਲੀਆਂ ਲੈ ਸਕਦੇ ਹਾਂ ਕਿ ਉਹ ਅੱਖਰ ਆਮ ਅਸੀਂ ਭੈਣਾਂ ਬੀਬੀਆਂ ਬੱਚਿਆਂ ਦੇ ਸਾਹਮਣੇ ਨਹੀਂ ਵਰਤ ਸਕਦੇ ਇੱਕ ਸਿਆਣਾ ਪੈਣਾ ਇਹੋ ਜਿਹੀ ਬੰਦਾ ਗੱਲ ਕਰੇ ਤਾਂ ਵੀਰੋ ਦੁੱਖ ਤਾਂ ਸਾਰਿਆਂ ਨੂੰ ਲੱਗਦਾ ਹੁਣ ਪੰਜਾਬ ਦੇ ਹੀ ਜੰਮੇ ਪਲੇ ਕਈ ਇਹੋ ਜਿਹੇ ਮਹਾਨ ਸ਼ਖਸੀਅਤਾਂ ਕਹਿ ਸਕਦੇ ਜਿਨ੍ਹਾਂ ਨੂੰ ਜੋ ਬਹੁਤ ਸੂਝਵਾਨ ਆ ਉਹਨਾਂ ਨਾ ਕਿ ਗੁਰਦਾਸ ਮਾਨ ਦਾ ਪੱਖ ਪੂਰਿਆ ਸੱਚ ਨੂੰ ਸੱਚ ਹੱਕ ਨੂੰ ਹੱਕ ਸਾਹਮਣੇ ਰੱਖ ਕੇ ਯੋਗਰਾਜ ਪੰਜਾਬੀ ਐਕਟਰ ਆ ਉਹਨੇ ਇਕੱਲੀ ਇਕੱਲੀ ਗੱਲ ਗੁਰਦਾਸ ਮਾਨ ਨੂੰ ਕਹੀ ਗੁਰਪ੍ਰੀਤ ਘੁੱਗੀ ਜੀ ਆ ਉਹਨੇ ਵੀ ਗੁਰਦਾਸ ਮਾਨ ਨੂੰ ਕਿਹਾ ਵੀ ਤੇਰੀ ਗਲਤੀ ਆ ਮੱਟ ਸ਼ੇਰੋਂ ਵਾਲਾ ਵਾ ਉਹਨੇ ਵੀ ਕਿੱਡਾ ਤੁਹਾਡਾ ਰਾਈਟਰ ਆ ਉਹਨੇ ਵੀ ਗੁਰਦਾਸ ਮਾਨ ਨੂੰ ਕੁਝ ਅੱਖਰ ਲਿਖ ਕੇ ਉਹਦੀ ਗਲਤੀ ਬਾਰੇ ਅਹਿਸਾਸ ਕਰਾਇਆ ਵੀਰੇ ਹੋਰ ਬਹੁਤ ਸੂਝਵਾਨ ਹੋਣਗੇ ਜਿਨ੍ਹਾਂ ਨੇ ਗੁਰਦਾਸ ਮਾਨ ਦੀ ਗਲਤੀ ਨੂੰ ਦੁਹਰਾਇਆ ਉਹਨੂੰ ਦੱਸਿਆ ਵੀ ਤੂੰ ਗਲਤ ਹੈ ਗਲਤ ਹੈ ਸਿਰਫ ਕੇ ਐਸ ਮੱਖਣ ਇੱਕ ਪਹਿਲਾ ਪੰਜਾਬੀ ਕਲਾਕਾਰ ਆ ਜਿਹਨੇ ਗੁਰਦਾਸ ਮਾਨ ਦਾ ਗਲਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਾਲ ਨੂੰ ਕਹਿੰਦਾ ਸੱਚ ਅਤੇ ਗਾਲ ਆ ਭਾਈ ਗੰਦੀ ਗਾਲ ਅਤੇ ਸੱਚ ਅਤੇ ਗਾਲ ਵਿੱਚ ਕੀ ਫਰਕ ਆ ਗਾਲ ਤਾਂ ਗਾਲ ਹੀ ਆ ਨਾ ਜਿਹਦੇ ਮੂੰਹ ਨਿਕਲ ਗਈ ਇਸ ਬਰਿਆਈ ਨੂੰ ਢੱਕਣ ਦੀ ਕੋਸ਼ਿਸ਼ ਕਰਨ ਵਾਸਤੇ ਕੇ ਐਸ ਮੱਖਣ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਬਾਈ ਤੁਸੀਂ ਕਲਾਕਾਰਾਂ ਨੂੰ ਕੰਜਰ ਕਹਿੰਦੇ ਆ ਗੁਰਦਾਸ ਮਾਨ ਦੇ ਮੂੰਹ ਗਲਤੀ ਹੋ ਗਈ ਤੁਸੀਂ ਉਹਨੂੰ ਮਾਫ਼ ਕਰ ਦਿਓ ਜਾਂ ਕਾਫ਼ੀ ਇਹਨੇ ਧਾਰਨਾ ਦਿੱਤੀਆਂ ਚਲੋ ਠੀਕ ਓਕੇ ਆ ਹੋ ਵੀ ਸਕਦੀ ਸੀ ਵੱਡੀ ਗੱਲ ਨਹੀਂ ਇੱਕ ਉਹਦੇ ਬਾਅਦ ਆਪਣੇ ਮੱਖਣ ਸਾਹਿਬ ਤੁਸੀਂ ਆਪ ਹੀ ਕਿਹਾ ਕਿ ਮੇਰੇ ਕੋਠੇ ਦੇ ਉੱਤੇ 200 ਇੱਟ ਪਈ ਆ ਜਿਹੜਾ ਮੇਰੇ ਵੱਲ ਆਇਆ ਤਾਂ ਮੈਂ ਇੱਟ ਭਰਾ ਦੂੰਗਾ ਮੱਖਣ ਵੀਰ ਦੀ ਸੋਚਣ ਵਾਲੀ ਗੱਲ ਆ 200 ਇੱਟ ਤੁਸੀਂ ਕਿਹੜੇ ਕਰਕੇ ਰੱਖੀ ਆ ਕਿਉਂ ਰੱਖੀ ਆ ਫਿਰ ਜਿਹੜੀ ਜਥੇਬੰਦੀਆਂ ਤੁਹਾਨੂੰ ਪੈਂਦੀਆਂ ਤੁਹਾਡੀ 200 ਇੱਟ ਤੁਸੀਂ ਉਹਨੂੰ ਦਿਖਾਲਣੀ ਆ ਹੈਂ ਗਲਤੀ ਹੈਗੀ ਤੁਸੀਂ ਉੜਦਾ ਤੀਰ ਆਪ ਕੈਚ ਕੀਤਾ ਅਤੇ ਉਹ ਪੰਜਾਬੀ ਵਿੱਚ ਇੱਕ ਕਹਾਵਤ ਹੈ ਨਾ ਉਹ ਸਮਝੀ ਤੁਸੀਂ ਗਏ ਹੋਵੋਗੇ ਉੜਦਾ ਤੀਰ ਕਿਹਨੂੰ ਕਹਿੰਦੇ ਆ ਸਿਰਫ ਇਸ ਕਰਕੇ ਤੁਹਾਨੂੰ ਜਥੇਬੰਦੀਆਂ ਨੇ ਜਿਹੜੀਆਂ ਤੁਸੀਂ 200 ਇੱਟ ਦੀ ਗੱਲ ਕੀਤੀ ਸੀ ਨਾ ਇਸ ਕਰਕੇ ਹੋ ਸਕਦਾ ਤੁਹਾਨੂੰ ਉਹਨਾਂ ਨੇ ਫੋਨ ਕੀਤੇ ਤੰਗ ਪਰੇਸ਼ਾਨ ਕੀਤਾ ਹੋਊਗਾ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਸ ਮੱਖਣ ਸਾਹਿਬ ਤੁਸੀਂ ਸਿਆਣੇ ਬਹਿਣੇ ਆ ਤੁਹਾਨੂੰ ਆ ਨਿੱਕੀ ਜਿਹੀ ਪ੍ਰੋਬਲਮ ਆਈ ਇਹ ਹੱਲ ਵੀ ਹੋ ਸਕਦੀ ਸੀ ਅੰਮ੍ਰਿਤ ਭੰਗ ਕਰਨਾ ਤੁਹਾਡੀ ਇਹ ਮਜਬੂਰੀ ਨਹੀਂ ਤੁਹਾਡੀਆਂ ਅੰਦਰਲੀਆਂ ਪ੍ਰੋਬਲਮਾਂ ਹੋ ਸਕਦੀਆਂ ਇੱਦਾਂ ਅੰਮ੍ਰਿਤ ਅਸੀਂ ਭੰਗ ਨਹੀਂ ਕਰ ਸਕਦੇ ਜੇ ਸਿੱਖ ਇਤਿਹਾਸ ਵਿੱਚ ਜਾ ਕੇ ਵੇਖੋ ਨਾ ਤਾਂ 5 ਸੀਸ ਮੰਗੇ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੈ ਨਾ ਇਸ ਸਿੱਖੀ ਵਾਸਤੇ ਚੜਖੜੀਆਂ 'ਤੇ ਚੜੇ ਗਏ ਆਰਿਆਂ 'ਚ ਚਰਾਏ ਗਏ ਹੈਂ ਕੋਟਾ ਕੋਟਾ ਲਾਇਆ ਗਿਆ ਬੰਦ ਬੰਦ ਕਟਾਇਆ ਗਿਆ ਚਮੜੀਆਂ ਦੇੜ ਦਿੱਤੀਆਂ ਗਈਆਂ ਰੂਹਾਂ ਨਾਲ ਬੰਨ ਕੇ ਸਾੜੇ ਗਏ ਛੋਟੇ ਸਾਹਿਬਜ਼ਾਦੇ ਛੋਟੇ ਛੋਟੇ ਹੀ ਕੰਧਾਂ ਮਿੱਟਣ ਆਤਾ ਸੀਗਾ ਉਹਨਾਂ ਨੂੰ ਪਰ ਉਹਨਾਂ ਨੇ ਸਿੱਖੀ ਤੋਂ ਈਣ ਨਹੀਂ ਮੰਨੀ ਉਹਨਾਂ ਸਿੱਖੀ ਨੂੰ ਭੰਗ ਨਹੀਂ ਕੀਤਾ ਆ ਤੁਸੀਂ ਛੋਟੀ ਜਿਹੀ ਗਲਤੀ ਕਾਰਨ ਸਿੱਖੀ ਭੰਗ ਕਰਤੀ ਫਿਰ ਤੁਸੀਂ 200 ਇੱਟ ਦੀ ਗੱਲ ਕਰਨ ਡੇ ਹੁਣ ਉਹ 200 ਇੱਟ ਦਾ ਭਾਵੇਂ ਤੁਸੀਂ ਮਸੀਤ ਬਣਾ ਕੇ ਜੋ ਮਰਜ਼ੀ ਉਹਨੂੰ ਕਰਦੇ ਰਹੋ ਪੂਜਦੇ ਰਹੋ ਸਿੱਖ ਇਤਿਹਾਸ ਵਿੱਚ ਬਹੁਤ ਬਹੁਤ ਕੁਰਬਾਨੀਆਂ ਹੋਈਆਂ ਕੀ ਤੁਸੀਂ ਸੋਚਦੇ ਆ ਕਿ ਤੁਹਾਡੀ ਇਸ ਅੰਮ੍ਰਿਤ ਭੰਗ ਕਰਦੇ ਨਾਲ ਹੁਣ ਹੁਣ ਲੋਕ ਬੋਲਣਾ ਵੀ ਹੁਣ ਹਟਣਗੇ ਹੁਣ ਵੀ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਆ ਪਰ ਜੇ ਕਾਸ਼ ਤੁਸੀਂ ਇਸ ਆਕੜ ਦੀ ਬਜਾਏ
ਦਰਬਾਰ ਸਾਹਿਬ ਜਾ ਕੇ ਜਾਂ ਜਿੱਥੇ ਵੀ ਜਿੱਥੇ ਬੰਦੀ ਚੰਗੀ ਆ ਉਹਨਾਂ ਨਾਲ ਗੱਲ ਕਰਕੇ, ਜੇ ਤੁਹਾਨੂੰ ਚਲੋ ਦੁੱਖ ਆ ਉਹਨਾਂ ਨਾਲ ਗੱਲ ਕਰਕੇ ਵੀ ਇਹ ਖਤਮ ਹੋ ਸਕਦੀ, ਮਾਫ਼ੀ ਤੁਸੀਂ ਮੰਗ ਸਕਦੇ, ਆਕੜ ਵਿਖਾਈ ਤੁਸੀਂ ਵੀ ਗੁਰਦਾਸ ਮਾਨ ਨੇ। ਜੇ ਗੱਲ ਰਹੀ ਇੰਨੇ ਕਲਾਕਾਰ ਹੋਰ ਆ ਪੰਜਾਬੀ ਇੰਡਸਟਰੀ ਦੇ ਵਿੱਚ, ਉਹ ਕਿਉਂ ਨਹੀਂ ਗੁਰਦਾਸ ਮਾਨ ਦਾ ਪੱਖ ਪੂਰਨ ਆਏ, ਤੁਹਾਨੂੰ ਇਕੱਲਿਆਂ ਨੂੰ ਕਿਉਂ ਇਹ ਪ੍ਰੋਬਲਮ ਆਈ? ਕੋਈ ਸੋਚ ਕੇ ਵੇਖੋ ਜਿੱਥੇ ਜਿਹਦੀ ਗਲਤੀ ਆ। ਸਾਡੇ ਸੋਸ਼ਲ ਮੀਡੀਆ ਦਾ ਹੱਕ ਆ, ਹੱਕ ਨੂੰ ਹੱਕ, ਸੱਚ ਨੂੰ ਸੱਚ ਕਹਿਣ ਦਾ, ਤੁਸੀਂ ਉਹਨਾਂ ਨੂੰ ਵੀ ਮਾੜਾ ਚੰਗਾ ਬੋਲਣ ਦੇ। ਫਿਰ ਦੂਜੀ ਗੱਲ ਰਹੀ ਗੁਰਦਾਸ ਮਾਨ ਦੀ, ਤੁਹਾਡੇ ਇੰਨੇ ਪੰਜਾਬੀ ਕਲਾਕਾਰ ਬੈਠੋ ਲੁਧਿਆਣੇ, ਬੈਠੋ ਚੰਡੀਗੜ੍ਹ, ਕਰੋ ਆਪਣੀ ਮੀਟਿੰਗ, ਮੰਗੋ ਮਾਫ਼ੀ। ਤੁਸੀਂ ਜਨਤਾ ਦੇ ਸਿਰ ਤੋਂ ਬਣੇ ਆ ਅਤੇ ਜਨਤਾ ਨੂੰ ਡਰਾ ਰਹੇ ਆ, 200 ਹਿੱਟ ਕਹਿ ਗਏ ਬਾਈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਕੇ ਐੱਸ ਮੱਖਣ ਦਾ ਇੱਕ ਦੁੱਖ ਸੀਗਾ ਕਿ ਮੈਨੂੰ ਇੱਕ ਮੌਕਾ ਮਿਲਣਾ ਚਾਹੀਦਾ, ਜਥੇਬੰਦੀਆਂ ਮੈਨੂੰ ਤੰਗ ਕਰਦੀਆਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਥੇਬੰਦੀਆਂ ਵਧੀਆ ਗੱਲ ਆ ਸੇਵਾ ਨਿਭਾਉਣ ਦੀਆਂ ਵਾ, ਕਿ ਜਿੱਥੇ ਕੋਈ ਗਲਤੀ ਕਰਦਾ ਜੇ ਜਥੇਬੰਦੀਆਂ ਨਾ ਹੋਣ ਤਾਂ ਲੋਕ ਇੰਨੀ ਕੁ ਵਿਅਪਤੀ ਕਰ ਰਹੇ ਆ, ਇੰਨਾ ਕੁ ਉਹ ਚੋਰੀ ਨਕਲਾਂ ਲਾ ਰਹੇ ਆ ਗੁਰੂਆਂ ਪੀਰਾਂ ਦੀਆਂ, ਅਤੇ ਜੇ ਇਹ ਨਾ ਡੱਕਣ ਨਾ ਤਾਂ ਅੱਜ ਖੱਲਰ ਪੈ ਰਹੇ ਸਾਡੇ ਪੰਜਾਬ ਦੇ ਵਿੱਚ। ਪਰ ਹਾਂ ਇੱਕ ਤੇਰੀ ਗੱਲ ਮੈਂ ਇਹ ਜ਼ਰੂਰ ਮੱਖਣ ਸਾਹਿਬ ਕਹਾਂਗਾ ਕਿ ਜਿਹੜਾ ਤੁਸੀਂ ਕਹਿੰਦੇ ਵੀ ਇੱਕ ਮੌਕਾ ਮੈਨੂੰ ਚਾਹੀਦਾ, ਹਰ ਇੱਕ ਨੂੰ ਚਾਹੀਦਾ, ਮੈਂ ਜਥੇਬੰਦੀ ਗਾੜੀ ਵੀ ਬੇਨਤੀ ਕਰਦਾ ਕਿ ਵਾਕਿਆ ਹੀ ਜੇ ਕੋਈ ਬੰਦਾ ਗਲਤੀ ਮੰਨਣ ਨੂੰ ਤਿਆਰ ਆ ਤਾਂ ਬਾਬਿਓ ਜ਼ਰੂਰ ਮੌਕਾ ਦਿਓ, ਸਾਡੇ ਸਿੱਖੀ ਸਰੂਪ ਦੇ ਵਿੱਚ ਭਰਾ ਵਾ, ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਪਰ ਜਿੰਨੀ ਆਪਣੇ ਮੱਖਣ ਵੀਰ ਤੂੰ ਕਹਿੰਦਾ ਹੁੰਦਾ ਨਾ, ਸੇਮ ਸਾਈਜ ਨਹੀਂ ਨਖਰੋ ਤੇਰੇ, ਮੇਰਾ ਡੌਲੇ ਦਾ ਤੇਰੇ ਲੱਕ ਦਾ, ਅਤੇ ਮੈਂ ਕਹਿੰਦਾ ਵੀਰ ਤੇਰਾ ਦਿਲ ਇੰਨਾ ਵਿੱਚੋਂ ਨਿਕਲਿਆ।